ਸਰਕਾਰ ਦੀ ਸੀਐਮ ਨਾਲ ਹੋ ਰਹੀਆਂ ਮੀਟਿੰਗਾਂ ਤਾਂ ਹੋ ਰਹੀਆਂ ਪਰ ਜਿਹੜਾ ਫੈਸਲੇ ਸਰਕਾਰ ਨੇ ਲੈਣੇ ਉਹ 'ਚ ਲਗਾਤਾਰ ਸਰਕਾਰ ਦੇਰੀ ਕਰ ਰਹੀ ਆ ਰਾਤੀ ਵੀ ਪਹਿਲਾਂ ਇਹਨਾਂ ਨੇ ਮੀਟਿੰਗ ਕੀਤੀ ਸੀ ਤੇ ਕੱਲ੍ਹ ਹੀ ਸਾਨੂੰ ਛੱਡੇ ਜਿਹੜੇ ਇਹਨਾਂ ਨੇ ਮੰਗਾਂ ਮੰਨ ਲੈਣ ਦਾ ਭਰੋਸਾ ਦਿੱਤਾ ਸੀਗਾ ਤੇ ਜਿਹੜੇ ਕੱਚੇ ਅਧਿਆਪਕ ਜਿਹੜੇ ਮੁਹਾਲੀ ਦੇ ਵਿੱਚ ਲੜ ਰਹੇ ਆ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਨਹੀਂ ਤਾਂ ਕੁੱਲ ਹਿੰਦ ਕਿਸਾਨ ਸਭਾ ਜਲੰਧਰ ਇਹ ਜੋ ਕਾਂਗਰਸ ਸਰਕਾਰ ਦਾ ਜਿਹੜਾ ਸੀਐਮ ਆ ਚੰਨੀ ਚਰਨਜੀਤ ਚੰਨੀ ਜਿਹੜਾ ਕਹਿੰਦਾ ਮੈਂ ਦਲਿਤਾਂ ਦੇ ਵਿੱਚੋਂ ਹਾਂ ਮੈਂ ਆਮ ਲੋਕ ਆਮ ਆਦਮੀ ਹਾਂ ਇਹ ਵੱਖ ਵੱਖ ਜਿਹੜੇ ਵੱਡੇ ਵੱਡੇ ਐਲਾਨ ਕਰ ਰਿਹਾ ਆ ਇਹਨੂੰ ਚਾਹੀਦਾ ਕਿ ਜਿਹੜੇ ਪਿਛਲੇ ਦਿਨੀ ਜਿਹੜੇ ਕਾਫੀ ਲੰਬੇ ਦਿਨਾਂ ਤੋਂ ਜਿਹੜਾ ਉੱਥੇ ਮੋਹਾਲੀ ਦੇ ਵਿੱਚ ਕੱਚੇ ਅਧਿਆਪਕ ਜਿਹੜੇ ਲਗਭਗ 17-18 ਸਾਲ ਤੋਂ ਜਿਹੜਾ ਬੱਚਿਆਂ ਨੂੰ ਪੜ੍ਹਾ ਰਹੇ ਆ ਮੁਫ਼ਤ ਸੇਵਾ ਕਰ ਰਹੇ ਆ ਔਰ ਉਹ ਜਿਹੜੇ ਆ ਉੱਥੇ ਮੰਗ ਕਰ ਰਹੇ ਆ ਕਿ ਸਾਨੂੰ ਪੱਕਿਆ ਕੀਤਾ ਜਾਵੇ ਪਹਿਲਾਂ ਉਹਨਾਂ ਨੂੰ ਪੱਕਿਆ ਕਰੇ ਔਰ ਜਿਹੜੀਆਂ ਇਹ ਧਮਕੀਆਂ ਸ਼ਰੇਆਮ ਦੇ ਰਿਹਾ ਕਿ ਮੈਂ ਪਰਚੇ ਦਰਜ ਕਰੂੰਗਾ ਜਿਹੜਾ ਕੋਈ ਆਣ ਕੇ ਮੇਰੇ ਪੰਡਾਲ ਦੇ ਵਿੱਚ ਬੋਲਿਆ ਜਾਂ ਕੋਈ ਟੈਂਕੀਆਂ 'ਤੇ ਚੜਿਆ ਤਾਂ ਮੈਂ ਪਰਚੇ ਦਰਜ ਕਰੂੰਗਾ ਇਹਨੂੰ ਇਹੋ ਜਿਹੀਆਂ ਧਮਕੀਆਂ ਜਿਹੜੀਆਂ ਬੰਦ ਕਰਨੀਆਂ ਚਾਹੀਦੀਆਂ ਅਸੀਂ ਆਪਣੀ ਜਥੇਬੰਦੀ ਵੱਲੋਂ ਕੁੱਲ ਹਿੰਦ ਕਿਸਾਨ ਸਭਾ ਚਰਨਜੀਤ ਚੰਨੀ ਦੀ ਜਿਹੜੇ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਔਰ ਮੰਗ ਕਰਦੇ ਹਾਂ ਕਿ ਜਿਹੜੇ ਅਧਿਆਪਕ ਸੇਵਾ ਕਰ ਰਹੇ ਆ ਇੰਨੇ ਸਾਲਾਂ ਤੋਂ ਉਹਨਾਂ ਨੂੰ ਪੱਕਿਆ ਕੀਤਾ ਜਾਣਾ ਚਾਹੀਦਾ ਆ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਔਰ ਇਹ ਜਿਹੜੇ ਪਰਚੀਆਂ ਪੁਰਚੀਆਂ ਦੀਆਂ ਧਮਕੀਆਂ ਜਿਹੜੀਆਂ ਉਹ ਦੇਣੀਆਂ ਬੰਦ ਕਰਨੀਆਂ ਚਾਹੀਦੀਆਂ ਆ ਉਹਨੂੰ ਜ਼ਿੰਮੇਵਾਰ ਇੱਕ ਪੰਜਾਬ ਦਾ ਸੀ ਐੱਮ ਹੋਣ ਦੇ ਨਾਂ 'ਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਇਸ ਕਰਕੇ ਅਧਿਆਪਕਾਂ ਦੀ ਵੀ ਮੰਗ ਮੰਨਣੀ ਚਾਹੀਦੀ ਆ ਅਤੇ ਬਾਕੀ ਜਿਹੜੀਆਂ ਮੰਗਾਂ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਮਨਰੇਗਾ ਤਹਿਤ ਕੰਮ ਮਿਲਣਾ ਚਾਹੀਦਾ ਉਹਨਾਂ ਦੇ ਪਲਾਟ ਜਿਹੜੇ ਮਿਲਣੇ ਚਾਹੀਦੇ ਖਾਸ ਕਰਕੇ ਉਹ ਜਿਹੜੀਆਂ ਪੰਚਾਇਤਾਂ ਜਿਹੜੀਆਂ ਐਲਾਨ ਹੋਣ ਮਗਰੋਂ ਪਲਾਟਾਂ ਦੇ ਪਹਿਲਾਂ ਹੀ ਜਿਹੜਾ ਲਿਖ ਕੇ ਦੇ ਆਈ ਆ ਬੀ ਡੀ ਓ ਪੀ ਓ ਨੂੰ ਕਿ ਸਾਡੇ ਕੋਲ ਜ਼ਮੀਨ ਹੈ ਨਹੀਂ ਜ਼ਮੀਨ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਖਿਲਾਫ਼ ਵੀ ਜਿਹੜੀ ਉਹ ਕਾਰਵਾਈ ਕਰਨੀ ਚਾਹੀਦੀ ਔਰ ਮਜ਼ਦੂਰਾਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਪਲਾਟ ਮਿਲਣੇ ਚਾਹੀਦੇ ਅਤੇ ਜਿਹੜੇ ਕੱਚੇ ਅਧਿਆਪਕ ਜਿਹੜੇ ਮੁਹਾਲੀ ਦੇ ਵਿੱਚ ਲੜ ਰਹੇ ਆ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਨਹੀਂ ਤਾਂ ਜੇ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕ ਔਰ ਜਥੇਬੰਦੀਆਂ ਉਹਨਾਂ ਦੀ ਹਮਾਇਤ ਕਰਨਗੇ।